अस्सलाम वालेकुम जी, मेरी वादे के मुताबिक मैं अपनी नई प्रैक्टिस लेके हाजिर हूँ। मेरे साथ सज्जाद हैं और आदिल हैं, और इस प्रैक्टिस में सबसे बड़ी बात है इसमें स्टन चार्ट बहुत कम हो जाते हैं, इसमें ज़्यादा रोलिंग चार्ट चलते हैं, और ब्रेक बिल्डिंग के लिए हमें ज़रूरत भी रोलिंग चार्ट की पड़ती है। तो इसलिए मैं चाहूँगा कि आप भी प्रैक्टिस देखें और इसके बारे में जो डिटेल से बात है वो इंशाल्लाह मैं अगली वीडियो में आपसे करता हूँ। ठीक है आगे चल रहे। छोटे पिंक भी कर सकते हैं। कटी जाएगी जो तो। फिर आदम को चंगा जब प्लेन ही ले आया यार स्टिक तो ले आया तो प्लेन ही मंगा स्टिक ठीक है प्लेन ना पाया यार ये क्यों नहीं आता इसको नहीं जा Thank you.
ਵੇਖਿਆ ਆਸਾਨ ਕਰਵਾ ਉਹਦੇ ਤੋਂ ਨਹੀਂ ਬਚਦੇ Thank you.
ਤੁਸੀਂ ਆਪ ਹੀ ਆ ਜਾਓ ਭਾਵੇਂ ਆਪਸ਼ਨ ਬਲੂ ਗ੍ਰੇਡ ਦਾ ਬਰੋਂ ਗ੍ਰੇਡ ਦਾ ਉਹ ਵੀ ਕਰ ਕੇ ਲੈ ਯਾਰ ਤੁਸੀਂ ਸਹੀ ਜਿਹੜਾ ਮਾਰਦੇ Thank you.
ਠੀਕ ਹੈ ਮੁਕਾ ਹੀ ਜਾਂਦਾ ਜਨਮ ਭਾਈ ਇਹ ਮੇਰੀ ਸਾਰਟ ਸ਼ਾਦੀ ਵਿੱਚ ਐਪ ਚੂਜ਼ ਹੈ ਐਪ ਨੂੰ ਆਰਡਰ ਟਰਾਈ ਕਰ ਲੈਂਦੀ ਮੈਂ ਤਾਂ ਮੁਕਾ ਹੀ ਮੈਂ ਸਲਾਮ ਟਰਾਈ ਦੀ ਅਗਲੇ ਇੱਕ ਮਿੰਟ ਲੈ ਜੀ ਪ੍ਰੈਕਟਿਸ ਆਪਣੇ ਦੇਖ ਲਈ ਯੇ ਮੈਨੇ ਆਪਸੇ ਕਹਾ ਥਾ ਕਿ ਮੈਂ ਜਬ ਵੀ ਬਣਾਉਂਗਾ ਇਸ ਪ੍ਰੈਕਟਿਸ ਕੋ ਵਨ ਟੇਕ ਬਣਾਉਂਗਾ ਕਿਉਂਕਿ ਮੁਝੇ ਪਤਾ ਯੇ ਪ੍ਰੈਕਟਿਸ ਈਜ਼ੀ ਨਹੀਂ ਹੈ ਇਸੀ ਲਈ ਵਨ ਟੇਕ ਬਣਾਈ ਹੈ ਤਾਂ ਕਿ ਆਪ ਲੋਗ ਵੀ ਅਗਰ ਇਸ ਪੇ ਮਿਸਿੰਗ ਕਰਤੇ ਹੈ ਤੋ ਡਿਸਹਾਰਡ ਨਾ ਹੋ ਆਪ ਲੋਗ ਤੋ ਮੁਝੇ ਅਬ ਇਜਾਜ਼ਤ ਦੇ ਇਨਸ਼ਾਅੱਲਾ ਇਸੀ ਪ੍ਰੈਕਟਿਸ ਮੈਂ ਆਪਸੇ ਮੁਲਾਕਾਤ ਹੋਗੀ ਹਮਜ਼ਾ ਔਰ ਮੁਹੰਮਦ ਆਸਿਫ ਕੋ ਲੈ ਕੇ ਤੋ ਮਿਲਤੇ ਹੈ ਅਗਲੀ ਕਿਸੀ ਪ੍ਰੈਕਟਿਸ ਮੈਂ ਕੱਲ੍ਹ ਰਾਤ ਕੋ ਇਨਸ਼ਾਅੱਲਾ ਅੱਲਾਹ ਹਾਫਿਜ਼ ਜੀ